ਭਾਵੇਂ ਕਿ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਦੇ ਵਿੱਚ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਪੰਜਾਬ ਦੇ ਵਿੱਚ ਇਸ ਦਾ ਜ਼ਬਰਦਸਤ ਵਿਰੋਧ ਕਰ ਰਹੀਆਂ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਦੱਬੀ ਜ਼ੁਬਾਨ ਦੇ ਨਾਲ ਇਹਨਾਂ ਆਰਡੀਨੈਂਸਾਂ ਤੇ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਨਜ਼ਰਸਾਨੀ ਦੀ ਅਪੀਲ ਕਰਦਾ ਆ ਰਿਹਾ ਸੀ ਪਰ ਕੇਂਦਰ ਸਰਕਾਰ ਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ ਅਤੇ ਸੰਸਦ ਦੇ ਵਿੱਚ ਇਸ ਬਿੱਲ ਨੂੰ ਪੇਸ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਘੇਰ ਲਿਆ आम आदमी पार्टी पंजाब दे प्रधान अते संगरूर लोक सभा हलके तो संसद मैंबर भगवंत मान ने उन्हां दा कहना है कि सरकार दे वल्लों जिस मौके इस बिल नूं संसद दे विच पेश कीता गया श्रोमणी अकाली दल दे दोनों संसद मैंबर सुखबीर सिंह बादल अते हरसिमरत कौर बादल लोक सभा दे विचों गैर हाजिर हो गए। उन्हां दा कहना है कि सुखबीर सिंह बादल अते हरसिमरत कौर बादल ने गैर हाजिर रह के पंजाब अते पंजाब दे किसानां अते मजदूरां नाल गद्दारी कीती है अते धरोक माया है। भगवंत मान दा कहना है कि जिस समय मोदी सरकार ने संसद विच खेती विरोधी आर्डीनेंस पेश कीता है उस समय बतौर संसद सुखबीर सिंह बादल अते केंद्रीय मंत्री हरसिमरत कौर बादल ने विरोध करन दी थां गैर हाजिरी पा ली जो सीधा अते स्पष्ट रूप ਆਰਡੀਨੈਂਸਾਂ ਦੇ ਹੱਕ ਅਤੇ ਕਿਸਾਨਾਂ ਦੇ ਵਿਰੋਧ ਵਿੱਚ ਲਿਆ ਗਿਆ ਪੈਂਤੜਾ ਹੈ। ਮਾਨ ਦੇ ਮੁਤਾਬਕ ਬਾਦਲ ਜੋੜੀ ਦੀ ਇਸ ਗਦਾਰੀ ਨੂੰ ਕਿਸਾਨੀ ਦੇ ਇਤਿਹਾਸ ਵਿੱਚ ਗੂੜੇ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਆੜ੍ਹਤੀ ਪੱਲੇਦਾਰ ਟਰਾਂਸਪੋਰਟ ਸਮੇਤ ਖੇਤੀ ਤੇ ਨਿਰਭਰ ਸਾਰੇ ਵਰਗ ਕਦੇ ਵੀ ਮੁਆਫ ਨਹੀਂ ਕਰਨਗੇ। ਭਗਵੰਤ ਮਾਨ ਨੇ ਦੱਸਿਆ ਕਿ ਉਹਨਾਂ ਨੇ ਇਹਨਾਂ ਮਾਰੂ ਆਰਡੀਨੈਂਸਾਂ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਅਤੇ ਮਾਣਯੋਗ ਸਪੀਕਰ ਨੂੰ ਭਰੋਸਾ ਦੇਣਾ ਪਿਆ ਕਿ ਆਰਡੀਨੈਂਸਾਂ ਤੇ ਬਹਿਸ ਮੌਕੇ ਆਮ ਆਦਮੀ ਪਾਰਟੀ ਨੂੰ ਪੂਰਾ ਮੌਕਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਆਰਡੀਨੈਂਸਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਵੀ ਸਹਿਮਤੀ ਲਏ ਜਾਣ ਬਾਰੇ ਕੀਤੇ ਖੁਲਾਸੇ ਤੇ ਪ੍ਰਤੀਕਿਰਿਆ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪਚਾਪ ਸਹਿਮਤੀ ਦੇ ਕੇ ਪੰਜਾਬ ਦੇ ਕਿਸਾਨਾਂ ਸਰਬ ਪਾਰਟੀ ਮੀਟਿੰਗਾਂ ਵਿੱਚ ਹਿੱਸਾ ਲੈਣ ਵਾਲੀਆਂ ਸਿਆਸੀ ਪਾਰਟੀਆਂ ਤੇ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਨੂੰ ਗੁੰਮਰਾਹ ਕੀਤਾ ਹੈ। ਇਸ ਲਈ ਰਾਜਾ ਅਮਰਿੰਦਰ ਸਿੰਘ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਬਾਦਲਾਂ ਤੇ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੂੰ ਬਾਦਲਾਂ ਦੀ ਬਿਲਕੁਲ ਵੀ ਪਰਵਾਹ ਨਹੀਂ। ਆਰਡੀਨੈਂਸ ਪੇਸ਼ ਕਰਦੇ ਹੋਏ ਭਾਜਪਾ ਨੇ ਬਾਦਲਾਂ ਨੂੰ ਟੱਚ ਨਹੀਂ ਜਾਣਿਆ। ਇਸ ਤਰ੍ਹਾਂ ਭਗਵੰਤ ਮਾਨ ਬਾਦਲ ਜੋੜੀ ਤੇ ਖੂਬ ਵਰੇ ਨੇ ਅਤੇ ਨਾਲ ਹੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਰੱਜ ਕੇ ਘੇਰਿਆ ਹੈ। ਪਰ ਸ਼੍ਰੋਮਣੀ ਅਕਾਲੀ ਦਲ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਸਲੇ ਤੇ ਘੇਰਦਾ ਦਿਖਾਈ ਦਿੰਦਾ ਹੈ ਕਿ ਕੈਪਟਨ ਨੇ ਪਹਿਲਾਂ ਮੀਟਿੰਗਾਂ ਵਿੱਚ ਹਿੱਸਾ ਕਿਉਂ ਲਿਆ ਪਰ ਆਪਣਾ ਸਟੈਂਡ ਅਜੇ ਵੀ ਸਪਸ਼ਟ ਕਰਦਾ ਦਿਖਾਈ ਨਹੀਂ ਦਿੰਦਾ ਅਤੇ ਭਗਵੰਤ ਮਾਨ ਹੁਣ ਦੋਨਾਂ ਹੀ ਪਾਰਟੀਆਂ ਤੇ ਹਮਲਾਵਰ ਰੁੱਖ ਅਪਣਾਉਂਦੇ ਹੋਏ ਦਿਖਾਈ ਦੇ ਰਹੇ ਨੇ। ਬਿਊਰੋ ਰਿਪੋਰਟ ਦਾ ਪੰਜਾਬ ਟੀਵੀ।